ਪਿੰਗਲਵਾੜੇ ਲਈ ਦਾਨ ਦਿਓ ਜੀ। ਤੂੰ ਜਾਂਦਾ ਕਿਉਂ ਨਹੀਂ? ਨਾ ਮੰਗਦਿਆ ਸ਼ਰਮ ਨਹੀਂ ਆਉਂਦੀ ਤੈਨੂੰ? ਹੱਟਾ ਕੱਟਾ ਹੈ, ਰੱਬ ਨੇ ਹੱਥ ਪੈਰ ਵੀ ਦਿੱਤੇ ਆ। ਰੱਬ ਨੇ ਮੈਨੂੰ ਹੱਥ ਪੈਰ ਦਿੱਤੇ ਨੇ, ਮੇਰੇ ਪਰਿਵਾਰ ਨੂੰ ਨਹੀਂ ਦਿੱਤੇ। ਤੇ ਕਿੱਡਾ ਕੁ ਵੱਡਾ ਤੇਰਾ ਪਰਿਵਾਰ? ਹੋਣਗੇ ਕੋਈ 150-200। ਤੁਸੀਂ ਜਦੋਂ ਵੀ ਰਾਹ ਵਿੱਚ ਵੱਡੇ ਰੋੜੇ ਜਾਂ ਕਿਲਾ ਵੇਖੋ ਨਾ, ਉਹਨੂੰ ਚੱਕ ਕੇ ਇੱਕ ਪਾਸੇ ਰੱਖ ਦਿਆ ਕਰੋ, ਤਾਂ ਕਿ ਨਾ ਕੋਈ ਰਾਹਗੀਰ ਰਾਮ ਜੀ ਵਾਂਗ ਨਾ ਡਿੱਗੇ। ਪ੍ਰਸ਼ਾਦਾ ਜੀ, ਬੜੇ ਸਾਲ ਹੋ ਗਏ ਪੁੱਤਰ ਤੈਨੂੰ ਇੱਥੇ ਸੇਵਾ ਕਰਦੇ ਦੇਖਦਿਆਂ। ਇਹ ਸੇਵਾ ਮੈਨੂੰ ਤੁਰ ਦਰਗਾਹੋਂ ਮਿਲੀ ਏ, ਮੈਂ ਇੱਥੇ ਰੱਬ ਦਾ ਅਰਦਲੀ ਲੱਗਾ ਹੋਇਆ। ਆ ਜਹਿਮਤ ਤਾਂ ਗਲੇ ਪੈ ਗਈ, ਇੱਧਰ ਕਿਤੇ ਮੰਗਤੇ ਮੁਗਤਿਆਂ 'ਚ ਬਿਠਾ ਕੇ ਤੁਰਦੇ ਬਣਦੇ ਹਾਂ। ਤੇਰੀ ਇਸ ਨਿਸ਼ਕਾਮ ਸੇਵਾ ਨੂੰ ਦੇਖ ਕੇ ਹੀ ਅੱਜ ਮੈਂ ਤੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪ ਰਿਹਾ, ਇਸ ਬੱਚੇ ਦੀ ਪਰਵਰਿਸ਼ ਤੂੰ ਕਰੇਗਾ। ਮੇਰੇ ਧੰਨ ਭਾਗ ਜੀ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤੇਰੇ ਕੋਲੋਂ ਇਸ ਲੂਲੇ ਲਈ ਲੰਬੀ ਉਮਰ ਦੀ ਦੁਆ ਕਰਨਾ, ਹੁਣ ਮੈਂ ਇਹਦੇ ਬਿਨਾਂ ਜੂ ਨਹੀਂ ਸਕਦਾ। ਔਰ ਰੱਬ ਨੇ ਇਹਨਾਂ ਦਾ ਘਰ ਬਣਾਉਣ ਦੀ ਡਿਊਟੀ ਮੇਰੀ ਲਾ ਦਿੱਤੀ ਹੈ। ਤੁਹਾਨੂੰ ਇਹ ਇਮਾਰਤ ਖਾਲੀ ਕਰਨੀ ਪਏਗੀ। ਉਹ ਮੈਂ ਆਪਣੇ ਮਰੀਜ਼ਾਂ ਨੂੰ ਸੜਕਾਂ ਤੇ ਰੁਲ ਕੇ ਮਰਨ ਲਈ ਨਹੀਂ ਛੱਡ ਸਕਦਾ। ਉਹ ਕਿਵੇਂ ਖਾਲੀ ਨਹੀਂ ਕਰੇਗਾ? I won't let them die on roads like this. The least we can do for them is find them a place to live so that they can die with dignity. ਪਰ ਤੁਸੀਂ ਇਹਨਾਂ ਇੱਟਾਂ ਰੋੜਿਆਂ ਦਾ ਕਰੋਗੇ ਕੀ? ਇਹ ਮੇਰੇ ਪਿੰਗਲਵਾੜੇ ਦੀ ਬੁਨਿਆਦ ਬਣਨਗੇ। ਜੇ ਬਿਨਾਂ ਮਾਂ ਬਾਪ ਦੇ ਬੱਚਾ ਪੈਦਾ ਹੀ ਨਹੀਂ ਹੋ ਸਕਦਾ ਤੇ ਬੱਚਾ ਲਵਾਰਸ ਕਿਵੇਂ ਹੋਇਆ? ਇਹ ਬੱਚਿਆਂ ਦਾ ਮਾਂ ਤੇ ਪਿਓ ਹਾਲੇ ਜਿਉਂਦਾ ਏ, ਆਪਣੇ ਸਕੂਲ ਦੇ ਰਜਿਸਟਰ ਵਿੱਚ ਪੱਕੇ ਤੌਰ ਤੇ ਲਿਖ ਲਓ, ਭਗਤ ਪੂਰਨ ਸਿੰਘ।